ਸਸਕਲ ਦੋਸਤੋ ਕਾਫੀ ਦੇਰ ਤੋਂ ਅਸੀਂ ਕੈਨੇਡਾ ਦੀ ਗੱਲਬਾਤ ਕਰਦੇ ਆ ਰਹੇ ਹਾਂ ਤੇ ਸਟੂਡੀਓ 'ਚ ਬੈਠ ਕੇ ਗੱਲ ਕਰਦੇ ਹਾਂ ਤੇ ਅੱਜ ਅਸੀਂ ਆਏ ਹਾਂ ਅਮਰੀਕਾ ਦੇ ਵਿੱਚ ਤੇ ਗੱਲਬਾਤ ਕਰਾਂਗੇ ਅਮਰੀਕਾ ਬਾਰੇ ਤੇ ਉਦਾਂ ਹੀ ਟਾਈਮ ਲਵਾਂਗੇ ਵਿਨੇ ਹਰੀ ਜੀ ਦਾ ਜਿਹੜੇ ਕਿ ਉਚੇਚੇ ਤੌਰ 'ਤੇ ਸਾਨੂੰ ਨਾਲ ਲੈ ਕੇ ਆਏ ਨੇ ਅਮਰੀਕਾ ਤੇ ਵਿਨੇ ਹਰੀ ਜੀ ਸਵਾਗਤ ਨਹੀਂ ਕਹਿ ਸਕਦਾ ਬੜਾ ਮਜ਼ਾ ਆ ਰਿਹਾ ਇੱਥੇ ਘੁੰਮ ਕੇ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ ਅਮਰੀਕਾ ਬੜਾ ਵਧੀਆ ਮੌਸਮ ਹੈ ਜੀ ਲਾਸ ਏਂਜਲਸ ਦੇ ਵਿੱਚ ਬੈਠੇ ਹਾਂ ਤੇ ਅੱਜ ਚੌਥਾ ਦਿਨ ਹੈ ਸਾਡਾ ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਪਏ ਹਾਂ ਦੇਖਦੇ ਪਏ ਹਾਂ ਕਿੱਦਾਂ ਦਾ ਮਾਹੌਲ ਹੈ ਕਿੱਦਾਂ ਸਟੂਡੈਂਟ ਨੂੰ ਵਧੀਆ ਸਰਵਿਸ ਦਿੱਤੀ ਜਾ ਰਹੀ ਹੈ ਬਾਕੀ ਮੋਰਓਵਰ ਤੁਸੀਂ ਵੀ ਨਾਲ ਚੱਲ ਕੇ ਸਾਰੀਆਂ ਚੀਜ਼ਾਂ ਦੇਖੀਆਂ ਹੀ ਹੈ ਬਿਲਕੁਲ ਜੀ ਆਪਾਂ ਸੈਮੀਨਾਰ ਵੀ ਅਟੈਂਡ ਕੀਤਾ ਬੜਾ ਮਜ਼ਾ ਆਇਆ ਜੀ ਉੱਥੇ ਕਾਫੀ ਕੰਟਰੀਜ਼ ਦੇ ਜਿਹੜੇ ਕਾਫੀ ਕਾਲਜਿਸ ਆਏ ਹੋਏ ਨੇ ਦੇਖ ਕੇ ਬੜਾ ਮਜ਼ਾ ਆਇਆ ਤੇ ਥੋੜ੍ਹੀ ਆਪਾਂ ਅਮਰੀਕਾ ਬਾਰੇ ਗੱਲਬਾਤ ਕਰੀਏ ਕਿ ਅਮਰੀਕਾ ਦੇ ਵਿੱਚ ਸਟੂਡੈਂਟਸ ਦਾ ਆਉਣ ਦਾ ਕੀ ਸਕੋਪ ਹੈ ਦੇਖੋ ਅੱਜ ਅਮਰੀਕਾ ਪੂਰੀ ਦੁਨੀਆ 'ਚ ਸਭ ਤੋਂ ਬੈਸਟ ਐਜੂਕੇਸ਼ਨ ਜੇ ਮਿਲਦੀ ਹੈ ਤਾਂ ਅਮਰੀਕਾ 'ਚ ਮਿਲਦੀ ਹੈ ਜਦੋਂ ਨੰਬਰ 1-2 ਦੀ ਗੱਲ ਕਰਦੇ ਹਾਂ ਅੱਜ ਦੁਨੀਆ 'ਚ ਨੰਬਰ 1 ਜਿਹੜਾ ਐਜੂਕੇਸ਼ਨ ਦੇ ਵਿੱਚ ਸੈਕਟਰ ਹੈ ਉਹ ਅਮਰੀਕਾ ਦਾ ਵੈ ਜ਼ਿਆਦਾਤਰ ਅਮਰੀਕਾ ਦੀਆਂ ਕਾਲਜਾਂ ਯੂਨੀਵਰਸਿਟੀਆਂ ਦੁਨੀਆ ਦੀਆਂ ਟੋਪ ਕਾਲਜਾਂ ਦੇ ਵਿੱਚ ਹੈਗੀਆਂ ਅੱਜ ਤੁਸੀਂ ਵਰਲਡ ਦੀਆਂ ਟੋਪ ਕਾਲਜ ਟੋਪ ਯੂਨੀਵਰਸਿਟੀ ਲਿਸਟ ਦੇ ਵਿੱਚ ਦੇਖੋਗੇ ਜ਼ਿਆਦਾਤਰ ਤੁਹਾਨੂੰ ਜਿਹੜੀਆਂ ਲਿਸਟਾਂ ਮਿਲਣਗੀਆਂ ਉਹਨਾਂ ਦੇ ਵਿੱਚ ਅਮਰੀਕਾ ਦੇ ਕਾਲਜ ਯੂਨੀਵਰਸਿਟੀਆਂ ਆਉਣਗੇ ਪੜ੍ਹਾਈ ਦਾ ਬੜਾ ਵੱਖਰਾ ਤਰ੍ਹਾਂ ਦਾ ਇੱਥੇ ਸਿਸਟਮ ਹੈ ਬੱਚਿਆਂ ਨੂੰ ਪ੍ਰੈਕਟੀਕਲ ਪੜ੍ਹਾਇਆ ਜਾਂਦਾ ਵਾ ਬੱਚੇ ਨੂੰ ਸ਼ੌਂਕ ਨਾਲ ਪੜ੍ਹਾਇਆ ਜਾਂਦਾ ਵਾ ਜੇ ਇੱਕ ਬੱਚੇ ਨੇ ਆਰਟਸ ਕੀਤੀ ਆ ਔਰ ਡਾਕਟਰੀ ਕਰਨਾ ਚਾਹੁੰਦਾ ਉਹ ਡਾਕਟਰੀ ਵੀ ਕਰ ਸਕਦਾ ਕਿਸੇ ਵੀ ਜਗ੍ਹਾ ਦੇ ਉੱਤੇ ਬੱਚੇ ਦੇ ਉੱਤੇ ਪੜ੍ਹਾਈ ਥੋਪੀ ਨਹੀਂ ਜਾਂਦੀ ਬੱਚੇ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਹੋਇਆ ਬੱਚੇ ਦੀ ਸ਼ੌਂਕ ਨੂੰ ਮੁੱਖ ਰੱਖਦਿਆਂ ਹਾਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਜੀ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਆਉਣ 'ਚ ਕੀ ਡਿਫਰੈਂਸ ਕੀ ਹੈ ਜੀ ਕੋਈ ਆਇਲਸ ਦੇ ਜਿਹੜੇ ਸਕੋਰ ਨੇ ਉਹ 'ਚ ਕੋਈ ਫਰਕ ਹੈਗਾ ਦੇਖੋ ਆਇਲਸ ਜਿੱਥੇ ਤੱਕ ਗੱਲ ਹੈ ਅਮਰੀਕਾ ਦੇ ਵਿੱਚ ਮੋਰਓਵਰ ਆਇਲਸ ਉਲਸ ਦੀ ਲੋੜ ਨਹੀਂ ਹੁੰਦੀ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਡਾਕੂਮੈਂਟ ਨੂੰ ਵੈਰੀਫਾਈ ਕੀਤਾ ਜਾਂਦਾ ਪਹਿਲਾਂ ਬੱਚੇ ਦੇ 10ਵੀਂ 12ਵੀਂ 'ਚ ਕਿੰਨੇ ਨੰਬਰ ਹੈ ਬੱਚਾ ਅੰਗਰੇਜ਼ੀ ਬੋਲ ਸਕਦਾ ਨਹੀਂ ਬੋਲ ਸਕਦਾ ਇੱਦਾਂ ਦੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਜਿੱਥੇ ਕੈਨੇਡਾ ਦੇ ਵਿੱਚ ਨੰਬਰ ਦੇਖੇ ਜਾਂਦੇ ਬੱਚੇ ਦੇ ਕੈਨੇਡਾ ਦੇ ਵਿੱਚ ਆਇਲਸ ਦਾ ਸਕੋਰ ਦੇਖਿਆ ਜਾਂਦਾ ਅਮਰੀਕਾ 'ਚ ਇੱਦਾਂ ਦੀ ਕੋਈ ਚੀਜ਼ ਨਹੀਂ ਹੈ ਇੱਥੇ ਦੇਖਿਆ ਜਾਏ ਤਾਂ ਬੱਚੇ ਦੇ ਮਾਂ ਬਾਪ ਕੋਲ ਪੈਸੇ ਹੈ ਜੇ ਤਾਂ ਤੁਸੀਂ ਬੱਚੇ ਨੂੰ ਪੜ੍ਹਨ ਲਈ ਭੇਜਣਾ ਚਾਹੁੰਦੇ ਜੇ ਫਿਰ ਅਮਰੀਕਾ ਭੇਜਿਓ ਜੇ ਬੱਚੇ ਨੂੰ ਮਿਹਨਤ ਮਜ਼ਦੂਰੀ ਕਰਾਉਣਾ ਚਾਹੁੰਦੇ ਹੋ ਬੱਚੇ ਨੂੰ ਪੱਕਾ ਕਰਾਉਣਾ ਚਾਹੁੰਦੇ ਹੋ ਫਿਰ ਜ਼ਰੂਰ ਕੈਨੇਡਾ ਭੇਜ ਸਕਦੇ ਜੇ ਜਿਹੜੀ ਐਜੂਕੇਸ਼ਨ ਹੈ ਚੰਗੀ ਸਿੱਖਿਆ ਉਹ ਤਾਂ ਅਮਰੀਕਾ ਦੇ ਵਿੱਚ ਹੀ ਆ ਕੈਨੇਡਾ ਦਾ ਨੰਬਰ ਬਾਅਦ 'ਚੋਂ ਹੀ ਆਉਂਦਾ ਜੀ ਜੀ ਜਿਹੜਾ ਪੀਆਰ ਜਿਹੜੀ ਮਿਲਣੀ ਹੈ ਇੱਥੇ ਕੈਨੇਡਾ 'ਚ ਸੌਖੀ ਹੈ ਕਿ ਅਮਰੀਕਾ 'ਚ ਸੌਖੀ ਹੈ ਦੇਖੋ ਜਿਹੜੀ ਪੀਆਰ ਮਿਲਦੀ ਹੈ ਸਟੂਡੈਂਟ ਨੂੰ ਕੈਨੇਡਾ ਦੇ ਵਿੱਚ ਮਿਲਦੀ ਹੈ ਜਦੋਂ ਅਸੀਂ US ਦੀ ਗੱਲ ਕਰਦੇ ਹਾਂ US 'ਚ ਪੱਕੇ ਹੋਣ ਵਾਸਤੇ ਗ੍ਰੀਨ ਕਾਰਡ ਮਿਲਦਾ ਵਾ ਉਹ ਗ੍ਰੀਨ ਕਾਰਡ ਲੈਣ ਦੀ ਸ਼ਰਤ ਇਹ ਆ ਵੀ ਤੁਹਾਡੇ ਕੋਲ ਨੌਕਰੀ ਹੋਣੀ ਚਾਹੀਦੀ ਹੈ ਅਤੇ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਚੰਗੇ ਨੰਬਰਾਂ ਨਾਲ ਪਾਸ ਹੁੰਦੇ ਨੇ ਇਹੋ ਜਿਹੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਦੀਆਂ ਜਿਹੜੇ ਬੱਚੇ ਕੰਮ ਕਰਨ ਵਾਸਤੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਮਨਾ ਕਰਾਂਗਾ ਬਿਲਕੁਲ ਵੀ ਅਮਰੀਕਾ ਨਾ ਆਉਣ ਜਿਹੜੇ ਬੱਚੇ ਪੜ੍ਹਨ ਆਉਣਾ ਚਾਹੁੰਦੇ ਆ ਉਹੀ ਬੱਚੇ ਅਮਰੀਕਾ ਆਉਣ ਜਦ ਤੱਕ ਤੁਸੀਂ ਪੜ੍ਹਾਈ ਨਹੀਂ ਪੂਰੀ ਕਰੋਗੇ ਪੜ੍ਹਾਈ 'ਚ ਚੰਗੇ ਨੰਬਰ ਨਹੀਂ ਆਊਗੇ ਤੁਹਾਨੂੰ ਨੌਕਰੀ ਨਹੀਂ ਮਿਲਣੀ ਤਾਂ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਣਾ ਅਤੇ ਬੱਚਿਆਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ਅਮਰੀਕਾ ਆਉਣਾ ਚਾਹੁੰਦੇ ਹੋ ਤਾਂ ਇੱਕੋ ਹੀ ਏਮ ਲੈ ਕੇ ਆਇਓ ਜੇ ਚੰਗੀ ਸਿੱਖਿਆ ਲੈਣਾ ਚਾਹੁੰਦੇ ਹੋ ਪਾਰਟ ਟਾਈਮ ਜੋਬਸ ਬੜੀਆਂ ਔਖੀਆਂ ਇੱਥੇ ਪਹਿਲੇ 6 ਮਹੀਨੇ ਸਾਲ ਤਾਂ ਕੰਮ ਮਿਲਦਾ ਨਹੀਂ ਸਾਲ ਬਾਅਦ ਹੀ ਤੁਹਾਨੂੰ ਕੰਮ ਕਰਨਾ ਅਲਾਊਡ ਹੈ ਇਸ ਕਰਕੇ ਬੱਚਿਆਂ ਨੂੰ ਸਾਰਾ ਅਰੇਂਜਮੈਂਟ ਕਰਕੇ ਹੀ ਆਉਣਾ ਚਾਹੀਦਾ ਜੀ ਹਰ ਜਗ੍ਹਾ ਦੇ ਉੱਤੇ ਅਮਰੀਕਨ ਕੰਪਨੀਆਂ ਅਮਰੀਕਨ ਬ੍ਰਾਂਡ ਹਰ ਜਗ੍ਹਾ ਨੇ ਵੱਡੀਆਂ ਵੱਡੀਆਂ ਕਾਰਾਂ ਮਸ਼ੀਨਰੀਆਂ ਹਰ ਚੀਜ਼ ਦੇ ਵਿੱਚ ਅਮਰੀਕਨ ਕੰਪਨੀਆਂ ਅੱਗੇ ਆ ਜਿਹੜਾ ਬੱਚਾ ਅਮਰੀਕਾ ਤੋਂ ਪੜ੍ਹਦਾ ਉਹਦੇ ਵਾਸਤੇ ਬਹੁਤ ਜ਼ਿਆਦਾ ਸਕੋਪ ਹੈ ਉਹ ਇੰਡੀਆ 'ਚ ਵੀ ਕੰਮ ਕਰ ਸਕਦਾ ਵਾ ਉਹ ਕੈਨੇਡਾ 'ਚ ਵੀ ਜਾ ਸਕਦਾ ਉਹ ਯੂਰਪ ਵੀ ਜਾ ਸਕਦਾ ਅਮਰੀਕਾ ਦੇ ਪੜ੍ਹਨ ਵਾਲੇ ਬੱਚੇ ਨੂੰ ਕਦੀ ਵੀ ਪੜ੍ਹਾਈ ਵੱਲੋਂ ਮਾਰ ਨਹੀਂ ਖਾਂਦਾ ਉਹ ਬੱਚਾ ਜੇਕਰ ਅੱਜ ਤੁਸੀਂ ਅਮਰੀਕਾ ਦੇ ਵਿੱਚ ਪੜ੍ਹਾਈ ਕੀਤੀ ਹੈ ਤਾਂ ਤੁਸੀਂ ਦੁਨੀਆ ਦੀ ਕਿਸੇ ਵੀ ਕੰਟਰੀ ਦੇ ਵਿੱਚ ਜਾ ਸਕਦੇ ਹੋ ਅਮਰੀਕਾ ਜਾਣ ਵਾਸਤੇ ਬੱਚੇ ਨੂੰ ਕੀ ਕੀ ਮਤਲਬ ਕੀ ਕੀ ਚੀਜ਼ਾਂ ਦੀ ਲੋੜ ਹੈ ਬੱਚੇ ਨੂੰ ਜਨਰਲੀ ਆਇਲਸ ਕਰਨਾ ਪੈਂਦਾ ਅਤੇ ਆਇਲਸ ਦੇ ਨਾਲ ਟੋਫਲ ਵੀ ਕਰ ਸਕਦਾ ਵਾ ਬੱਚਾ ਸਾਡੇ 5-6 ਬੈਂਡ ਆਇਲਸ ਦੇ ਵਿੱਚ ਹੈਗੇ ਆ ਤੁਸੀਂ ਚੰਗੇ ਕਾਲਜ ਯੂਨੀਵਰਸਿਟੀ 'ਚ ਦਾਖਲਾ ਲੈ ਸਕਦੇ ਜੇ ਬੈਂਡ ਘੱਟ ਹੈ ਤੁਸੀਂ ਅਮਰੀਕਾ ਦੇ ਵਿੱਚ ਅੰਗਰੇਜ਼ੀ ਪੜ੍ਹਨ ਵੀ ਜਾ ਸਕਦੇ ਹੋ ਤੁਸੀਂ ਪਹਿਲਾਂ ਅੰਗਰੇਜ਼ੀ ਪੜ੍ਹੋਗੇ ਉਹ ਤੋਂ ਬਾਅਦ ਤੁਹਾਨੂੰ ਵੀਜ਼ਾ ਮਿਲੇਗਾ ਅਕਸਰ ਜਦੋਂ ਵੀ ਅਮਰੀਕਾ ਕਿਸੇ ਨੇ ਆਉਣਾ ਹੁੰਦਾ ਉਹਨੂੰ 5 ਸਾਲ ਦਾ ਵੀਜ਼ਾ ਗ੍ਰਾਂਟ ਹੁੰਦਾ F1 ਵੀਜ਼ਾ ਨੂੰ ਕਿਹਾ ਜਾਂਦਾ ਵਾ ਪਹਿਲੇ ਦਿਨ ਤੁਹਾਨੂੰ 5 ਸਾਲ ਦਾ ਵੀਜ਼ਾ ਮਿਲਦਾ ਕੋਈ ਵੀ ਪੈਸਾ ਇੱਥੇ ਪਹਿਲਾਂ ਨਹੀਂ ਲੱਗਦਾ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੁੰਦੇ ਆ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਕੈਨੇਡਾ 'ਚ ਫਾਈਲ ਲਾਉਣ ਤੋਂ ਪਹਿਲਾਂ ਕੈਨੇਡਾ ਦੇ ਕਾਲਜ ਨੂੰ ਯੂਨੀਵਰਸਿਟੀ ਨੂੰ ਪੈਸੇ ਤਾਰਨੇ ਪੈਂਦੇ ਆ ਉਹੀ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਇੱਥੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੁੰਦੇ ਆ ਤੁਸੀਂ ਅਮਰੀਕਾ ਜਾ ਕੇ ਵੀ ਆਪਣੀ ਫੀਸ ਤਾਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਹ ਪੈਸੇ ਇੰਡੀਆ ਤੋਂ ਹੀ ਦੇ ਕੇ ਆਉਣੇ ਅਤੇ ਇੱਥੇ ਅਮਰੀਕਾ ਆ ਕੇ ਬੱਚਾ ਜਿੱਦਾਂ ਕੈਨੇਡਾ ਦੇ ਵਿੱਚ 20 ਘੰਟੇ ਜਾਂ ਕੁਛ ਘੰਟੇ ਕੰਮ ਕਰਨ ਦੀ ਜਿਹੜੀ ਹੁੰਦੀ ਹੈ ਪਰਮਿਸ਼ਨ ਅਤੇ ਅਮਰੀਕਾ ਜਿੱਥੇ ਆ ਕੇ ਵੀ ਇੱਦਾਂ ਹੀ ਅਮਰੀਕਾ 'ਚ ਵੀ 20 ਘੰਟੇ ਕੰਮ ਕਰਨਾ ਪੈਂਦਾ ਜੀ ਕਰ ਸਕਦਾ ਬੱਚਾ ਬਟ ਇਹ 20 ਘੰਟੇ ਕੰਮ ਕਰਨ ਵਾਸਤੇ ਤੁਹਾਨੂੰ ਆਪਣੇ ਸਕੂਲ ਕਾਲਜ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜ਼ਿਆਦਾਤਰ ਯੂਨੀਵਰਸਿਟੀਆਂ ਔਨ ਕੈਂਪਸ ਕੰਮ ਕਰਨ ਦੀਆਂ ਮਨਜ਼ੂਰੀ ਦਿੰਦੀਆਂ
बड़ा वधिया सिस्टम है भी साल जिहड़ा बच्चा पढ़ लैंदा साल तो बाद तुसी 3 साल लई काम कर सकदे हो, 3 साल तक तुसी वर्क परमिट ते रह सकदे हो जिहनूं ओपीटी सीपीटी कहा जांदा। मोरओवर ये सारिया चीज़ा बच्चे अमरीका पहुँच के पता लगदियां है, उधर कॉलेज यूनीवर्सिटी किदां दा सिलेबस है की पढ़ाई है ये सारिया चीज़ा का अमरीका पहुँचने तो बाद ही पता लगता। विनय जी कनेडा ते अमरीका च मेरे ख्याल एक तो बड़ा वड्डा फर्क है कि कनेडा च इंटरव्यू नहीं होंदी इत्थे इंटरव्यू होंदी है, बच्चे दे मन च बड़ा वड्डा डर है कि असीं इंटरव्यू देवांगे ते पास नहीं होना जी, ये तुहाडा किहदे बारे की ख्याल है? देखो अज अमरीका च जिहड़े भी बच्चे ने आना उहनूं अमेरिकन कौंसलेट दे विच इंटरव्यू दे के आना पैंदा वा। जो असीं कनेडा की गल करते हैं कनेडा की फाइल लगती है ऑनलाइन लगती है या VFH सबमिट होंदी है, बच्चे का कनेडा च इंटरव्यू नहीं आता। जो असीं अमेरिका की गल करते हैं अमरीका च हर बच्चे का इंटरव्यू होंदा क्योंकि बच्चे नूं बायोमैट्रिक्स देने पैंदे आ, बच्चे नूं जद तक वीज़ा अफसर इंटरव्यू नहीं कर लैंदा उहनूं वीज़ा नहीं मिलता। तो बच्चे अक्सर डरते हैं कि इंटरव्यू जदों इंटरव्यू हुंदा वा इंटरव्यू के दौरान बच्चे नूं सिर्फ कोर्स रिलेटिड कॉलेज रिलेटिड ही सवाल पूछे जाते हैं। जिहड़े बच्चे डिजर्व करते हैं जिहड़े चंगे परिवारों तों ने चंगी पढ़ाई पढ़े ने जिन्हां दे चंगे नंबर है या जिन्हां कोल पैसे है वो सारियां चीज़ां वीज़ा कौंसलेट ने देनियां देखणियां होंदियां। जनरली 2 मिनट का एक इंटरव्यू हुंदा जिथे कनेडा दे विच 40% दे बच्चों के वीज़े रिफ्यूज़ हो जाते हैं। बहुत सारे कनेडा दे इहो जिहे कॉलेज यूनीवर्सिटियां जिहड़े गैप नाल दाखला नहीं दिंदे घट नंबर नाल दाखला नहीं दिंदे बच्चा सक्सैसफुल नहीं हुंदा, बट उही बच्चा जदों अमरीका दा केस अपलाई करदा उहनूं वीज़ा मिल जांदा। अज अमेरिकन कौंसलेट बच्चे नूं देख के पछाण लैंदा कि इहनूं वीज़ा देना या नहीं देना, जिथे कि इंटरव्यू का फायदा भी लोग समझते हैं तो इंटरव्यू का नुकसान भी है। नुकसान यह भी साढ़े बच्चे डरते हैं, फायदा यह है कि जेड़ा बच्चा कनेडा तो वीज़ा नहीं मिलता वो अमरीका का वीज़ा आराम ना ले लैंदा क्योंकि इंटरव्यू बेस्ड है। जेकर तुहानू लगता कि तुसी एलिजिबल जे तुसी अपलाई कर सकते जे 5 साल के गैप के नाल भी वीज़ा मिल जाता वा किसी तरह का भी कोई भी तुहानू लगता तुहाडी पढ़ाई च नुकसान है तुसी किसी कंट्री तो वापस आए हुए हो तुहाडे नंबर थोड़े है, बट जेकर तुहानू लगता तुसी अगे पढ़ना चाहते हो तुहाडे माँ बाप कोल पैसे है तुसी अमरीका का केस जरूर अपलाई कर सकते हो। अमरीका वास्ते अपलाई करने वास्ते जे तुहाडे हिसाब नाल प्लस 2 तो बाद ट्राई करनी चाहिए कि ग्रेजुएशन तो बाद? जनरली बच्चे प्लस 2 तो बाद आते हैं बैचलर डिग्री करन और जिहड़े बैचलर तो बाद आते बच्चे मास्टर डिग्री करन आते हैं, बट जेकर किसी नूं 5 साल हो गए आ बैचलर डिग्री कीते आ मास्टर डिग्री कीते आ तुसीं कोई काम करदे पे हो तुसीं प्रोफेशनल क्वालिफिकेशन लई भी आ सकते हो, तुसीं किसी बैंक च नौकरी करदे हो किसी वर्कशॉप च काम करदे हो कोई प्राइवेट जॉब करदे हो या कोई बिजनेस करदे हो 5 साल हो गए पढ़ाई छड्डिआं नूं तुसीं पढ़ना चाहते हो अगे अमरीका के कॉलेज यूनीवर्सिटियां तुहाडा वैलकम करदे आ। जिथे कनेडा दे विच बच्चों नहीं दाखले मिलते गैप दे नाल घट नंबरां नाल इदां दी कोई भी चीज़ अमरीका दे विच नहीं हैगी, तुसीं चंगे कॉलेज चंगी यूनीवर्सिटी दाखला लो वीज़ा भी मिलता और आने वाली सारिया जिन्हिया होर सहूलतां भी बच्चों मिलदियां। ਤੁਸੀਂ ਕੈਨੇਡਾ 'ਚ ਵੀਜ਼ੇ ਨਾਲ ਇੱਕ ਸਰਵਿਸ ਨਾਲ ਪ੍ਰੋਵਾਈਡ ਕਰ ਰਹੇ ਹੋ ਤੁਸੀਂ ਪੇਰੈਂਟਸ ਦਾ ਵੀ ਵੀਜ਼ਾ ਲਵਾ ਕੇ ਦਿੰਦੇ ਹੋ? ਜੀ 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 ਅਮਰੀਕਾ 'ਚ ਵੀ ਇੱਦਾਂ ਹੈ ਜੀ? ਦੇਖੋ ਅਮਰੀਕਾ ਦੇ ਵਿੱਚ ਵੀ ਇੱਦਾਂ ਹੀ ਹੈ, ਬਟ ਅਮਰੀਕਾ ਸਿਰਫ ਬਣਿਆ ਵਾ ਉਸ ਮਾਂ ਬਾਪ ਲਈ ਜਿਹਨੇ ਬੱਚੇ ਨੂੰ ਪੜ੍ਹਾਉਣਾ। ਤੁਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦੇ ਜੇ ਇੰਜੀਨੀਅਰ ਸਾਇੰਟਿਸਟ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੱਚਾ ਅਮਰੀਕਾ ਹੀ ਭੇਜਣਾ ਪਏਗਾ, ਕਦੇ ਵੀ ਤੁਸੀਂ ਆਪਣਾ ਬੱਚਾ ਕੈਨੇਡਾ ਭੇਜ ਕੇ ਡਾਕਟਰ ਜਾਂ ਸਾਇੰਟਿਸਟ ਨਹੀਂ ਬਣਾ ਲਓਗੇ ਕਿਉਂਕਿ ਕੈਨੇਡਾ ਦੇ ਵਿੱਚ ਜਾਣ ਵਾਲਾ ਬੱਚਾ ਇੱਕ ਮਜ਼ਦੂਰ ਬਣ ਕੇ ਜਾਂਦਾ ਵਾ, ਮਜ਼ਦੂਰੀ ਕਰਦਾ ਵਾ, ਮਜ਼ਦੂਰੀ ਕਰਦਾ ਕਰਦਾ ਹੀ 4-5 ਸਾਲ ਲਾ ਕੇ ਆਪਣੀ PR ਲੈ ਲੈਂਦਾ ਵਾ। PR ਤੋਂ ਬਾਅਦ 2-4 ਹਜ਼ਾਰ ਡਾਲਰ ਦੀ ਇੱਕ ਜ਼ਿੰਦਗੀ ਹੁੰਦੀ ਆ, ਉਹਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਅਮਰੀਕਾ ਦੇ ਟੌਪ ਕਾਲਜ ਟੌਪ ਯੂਨੀਵਰਸਿਟੀਆਂ ਦੇ ਵਿੱਚ ਬੱਚਾ ਪੜ੍ਹ ਕੇ ਇੱਕ ਚੰਗਾ ਡਾਕਟਰ ਬਣਦਾ ਚੰਗਾ ਸਾਇੰਟਿਸਟ ਬਣਦਾ ਜਿਹਦੇ ਨਾਲ ਮਾਂ ਬਾਪ ਦਾ ਪਿੰਡ ਦਾ ਸਮਾਜ ਦੇ ਵਿੱਚ ਨਾਂ ਰੋਸ਼ਨ ਹੁੰਦਾ ਵਾ। ਜਿੱਥੇ ਕੈਨੇਡਾ ਜਾਣ ਦੀ ਹੋੜ ਆ ਕੈਨੇਡਾ ਹਰ ਕਿਸੇ ਨੂੰ ਲੱਗਦਾ ਬੜਾ ਸੌਖਾ ਜਾਣਾ ਜਾ ਕੇ ਚੀਜ਼ਾਂ ਬੜੀਆਂ ਸੌਖੀਆਂ ਵਾ, ਬਟ ਪ੍ਰੈਕਟੀਕਲ ਹਿੱਸਾ ਦੂਸਰਾ ਹਿੱਸਾ ਕੁਛ ਹੋਰ ਹੈ। ਬੱਚੇ ਹਰ ਤਰ੍ਹਾਂ ਦੇ ਗਲਤ ਕੰਮ ਕਰਦੇ ਆ, ਉੱਥੇ ਜਾ ਕੇ ਬੱਚਿਆਂ ਨੂੰ ਰੋਟੀ ਨਹੀਂ ਮਿਲਦੀ, ਬੱਚੇ ਤੰਗ ਨੇ ਕੰਮ ਤੋਂ, ਇੱਦਾਂ ਦੀ ਕੋਈ ਵੀ ਚੀਜ਼ ਅਮਰੀਕਾ 'ਚ ਨਹੀਂ ਹੈਗੀ। ਮੋਰਓਵਰ ਹਰ ਕਿਸੇ ਨੂੰ ਪਤਾ ਅਮਰੀਕਾ ਅੱਜ ਵੀ ਨੰਬਰ 1 ਹੈ, ਕੱਲ੍ਹ ਵੀ ਨੰਬਰ 1 ਸੀਗਾ ਔਰ ਆਉਣ ਵਾਲੇ ਟਾਈਮ 'ਚ ਵੀ ਵਧੀਆ ਹੋਏਗਾ ਕਿਉਂਕਿ ਉਹਨਾਂ ਦੀਆਂ ਸਹੂਲਤਾਂ ਉਹਨਾਂ ਦੀਆਂ ਸਰਵਿਸਿਜ਼ ਸਟੂਡੈਂਟ ਪ੍ਰਤੀ ਬਹੁਤ ਵਧੀਆ ਵਾ। ਕਿਸੇ ਵੀ ਸਟੂਡੈਂਟ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ, ਸਟੂਡੈਂਟ ਨੂੰ ਹਰ ਤਰ੍ਹਾਂ ਦੇ ਰਾਈਟ ਦਿੱਤੇ ਜਾਂਦੇ ਆ। ਜਦੋਂ ਕੈਨੇਡਾ ਦੀ ਗੱਲ ਕਰਦੇ ਹਾਂ ਉੱਥੇ ਦੇ ਆਪਣੇ ਸਿਸਟਮ ਹੈ, ਅਮਰੀਕਾ ਦੇ ਆਪਣੇ ਸਿਸਟਮ ਹੈ ਜੀ। ਤੇ ਡੋਨਲਡ ਟਰੰਪ ਦੇ ਆਉਣ ਦੇ ਨਾਲ ਕੁਝ ਫਰਕ ਪਿਆ ਜੀ ਵੀਜ਼ਾ ਲੱਗਣ? ਬਹੁਤ ਫਰਕ ਪਿਆ ਜੀ। ਡੋਨਲਡ ਟਰੰਪ ਦੇ ਜਦੋਂ ਦੇ ਆਉਣ ਨਾਲ ਕੁਆਲਿਟੀ ਵਾਲੀ ਐਪਲੀਕੇਸ਼ਨ ਬਹੁਤ ਜ਼ਿਆਦਾ ਵਧੀ ਹੈ। ਲੋਕਾਂ ਨੂੰ ਇੱਕ ਵਹਿਮ ਸੀਗਾ ਕਿ ਡੋਨਲਡ ਟਰੰਪ ਦੇ ਆਉਣ ਨਾਲ ਵੀਜ਼ੇ ਨਹੀਂ ਲੱਗਣਗੇ। ਡੋਨਲਡ ਟਰੰਪ ਦੇ ਆਉਣ ਨਾਲ ਜਿਹੜੇ ਲੋਕ 2 ਨੰਬਰ 'ਚ ਜਾਂਦੇ ਸੀਗੇ ਉਹ ਬੰਦ ਹੋ ਗਏ ਨੇ, ਜਿਹੜੇ ਲੋਕ ਗਲਤ ਤਰੀਕੇ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ ਪਿਆ। ਹੁਣ ਸਿਰਫ ਵੀਜ਼ਾ ਨੂੰ ਮਿਲਦਾ ਪਿਆ ਜਿਹੜਾ ਬੱਚਾ ਜੈਨੂਅਨ ਹੈ, ਜਿਹਦੇ ਮਾਂ ਬਾਪ ਦੇ ਕੋਲ ਪੈਸੇ ਹੈ, ਤੁਹਾਡੀ ਪੜ੍ਹਾਈ ਦੇ ਵਿੱਚ ਨੰਬਰ ਚੰਗੇ ਆ, ਤੁਹਾਡੇ ਮਾਤਾ ਪਿਤਾ ਕੋਲ 10-12 ਲੱਖ ਰੁਪਈਆ ਸੇਵਿੰਗ ਹੈ, ਤੁਸੀਂ ਅਮਰੀਕਾ ਪੜ੍ਹਨ ਜ਼ਰੂਰ ਜਾ ਸਕਦੇ ਹੋ। ਪੈਸੇ ਤੁਸੀਂ ਅਮਰੀਕਾ ਵਾਸਤੇ ਵੀ ਵੀਜ਼ਾ ਲੱਗਣ ਤੋਂ ਬਾਅਦ? ਹਾਂਜੀ, ਸਾਰੇ ਪੈਸੇ ਅਮਰੀਕਾ ਵੀ ਵੀਜ਼ਾ ਲੱਗਣ ਤੋਂ ਬਾਅਦ ਹੀ ਦੇਵਾਂਗੇ ਜੀ। ਅਤੇ ਵਿਨੇ ਜੀ ਬੜਾ ਮਜ਼ਾ ਆਇਆ, ਬੜਾ ਵਧੀਆ ਮੌਸਮ ਹੈ, ਅਸੀਂ ਬੜਾ ਇੰਜੋਏ ਕਰਦੇ ਪਏ, ਨਾਲ ਨਾਲ ਗੱਲਬਾਤ ਵੀ ਚੱਲ ਰਹੀ ਹੈ ਅਤੇ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜੇਕਰ ਆਪਣੇ ਬੱਚੇ ਨੂੰ ਇੱਕ ਚੰਗਾ ਡਾਕਟਰ ਚੱਕਾ ਇੰਜੀਨੀਅਰ ਸਾਇੰਟਿਸਟ ਬਣਾਉਣਾ ਚਾਹੁੰਦੇ ਹੋ, ਚੰਗਾ ਇਨਸਾਨ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਅਮਰੀਕਾ ਭੇਜਿਓ।
जेकर सोचते हो कि बच्चे नूं मजदूरी करानी है या बच्चा पार्ट टाइम नौकरी करके अपने पैसे कमा लवे एक चंगा मजदूर बने तो फिर तुसीं उहनूं कनेडा ही भेजो, उहनूं अमरीका कदी ना भेजो। अमरीका तां भेजो जेकर तुहाडे कोल 25-50 लख रुपया पिछे हैगा बच्चे की पढ़ाई वास्ते। बहुत सारे स्टूडेंट इदां दे ने जिहड़े कि नकली कागज़ ला के अमरीका जाण की कोशिश करते हैं। तुहानूं अज अमरीका जाण वास्ते ओरिजिनल बैंक स्टेटमेंट लानी पैणी, तुहाडे कोल 12-15 लख रुपया खाते च होना चाहिए वा। जदों तक तुसी आप दे पैसे शो नहीं करते तुहाडा वीज़ा नहीं लगता। अक्सर अमरीका दे वीज़े उन्हां बच्चों के रिफ्यूज़ होंदे आ जिन्हां दे माँ बाप दे कोल पैसे नहीं होंदे शो करन नूं। तुहाडे कोल आप दे खाते दे विच पैसे हैगे आ शो करन नूं, तुसी जरूर अप्लाई करो ते जरूर वीज़ा लगेगा। तो दोस्तों जिदा विनय हरी जी अगे भी काफ़ी जानकारी देंगे ने सानू, तो अज अमेरिका च बैठ के जानकारी दे रहे हैं। तो एक बार फिर बहुत बहुत थैंक्स जी, तुहाडा वी धन्नवाद जी, धन्नवाद अजकल।